ਅੱਜਕੱਲ੍ਹ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਕਿਸਾਨ ਦੀ ਜਿਹੜੀ ਕਿਸਾਨੀ ਹੈ ਉਹ ਮੰਦੀ ਦੇ ਦੌਰ ਦੇ ਵਿੱਚੋਂ ਨਿਕਲ ਰਹੀ ਹੈ ਅਤੇ ਅਗਰ ਕਿਸਾਨ ਨੂੰ ਇੱਕ ਚੰਗਾ ਬੀਜ ਅਤੇ ਚੰਗੀ ਦਵਾਈਆਂ ਪ੍ਰੋਵਾਈਡ ਕਰਵਾਈਆਂ ਜਾਣ ਤਾਂ ਇੱਕ ਕਿਸਾਨੀ ਨੂੰ ਮੰਦੀ ਦੇ ਹਾਲਾਤਾਂ ਦੇ ਵਿੱਚੋਂ ਕੱਢਿਆ ਜਾ ਸਕਦਾ ਹੈ ਅਤੇ ਇਸੇ ਲਈ ਜੀ ਮੈਂ ਤੁਹਾਨੂੰ ਅੱਜ ਰੂਬਰੂ ਕਰਵਾਉਣ ਜਾ ਰਹੀ ਹਾਂ ਨੰਬਰਦਾਰ ਪੈਸਟੀਸਾਈਡ ਦੇ ਨਾਲ ਜੋ ਕਿ ਇੱਕ ਚੰਗੀਆਂ ਦਵਾਈਆਂ ਔਰ ਚੰਗੇ ਬੀਜਾਂ ਦੇ ਵਿੱਚ ਡੀਲ ਕਰ ਰਹੇ ਨੇ ਔਰ ਚੱਲਦੇ ਅੰਦਰ ਦੇਖਦੇ ਹਾਂ ਕਿ ਕਿਸ ਕੁਆਲਿਟੀ ਦੀਆਂ ਦਵਾਈਆਂ ਔਰ ਬੀਜ ਇਹਨਾਂ ਦੇ ਕੋਲ ਉਪਲਬਧ ਨੇ। ਸੰਗਰੂਰ ਜ਼ਿਲ੍ਹੇ ਦੇ ਵਿੱਚ ਜਦੋਂ ਕਿਸਾਨਾਂ ਦੇ ਨਾਲ ਮੈਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣਾ ਭਰੋਸਾ ਨੰਬਰਦਾਰ ਪੈਰਾਸਾਈਟ 'ਤੇ ਦਿਖਾਇਆ ਕਿਉਂਕਿ ਇੱਕ ਜੈਨੂਅਨ ਦਵਾਈਆਂ ਔਰ ਬੀਜ ਦੇ ਵਿੱਚ ਇਹ ਡੀਲ ਕਰ ਰਹੇ ਨੇ ਔਰ ਤੁਹਾਨੂੰ ਦੱਸਦਾ ਜੀ ਬਿਜਾਈ ਤੋਂ ਲੈ ਕੇ ਵਢਾਈ ਤੱਕ ਦੀ ਸਾਰੇ ਫਸਲਾਂ ਦੇ ਦਵਾਈ ਔਰ ਬੀਜ ਜਿਹੜੇ ਨੇ ਉਹ ਇੱਥੋਂ ਅਵੇਲੇਬਲ ਮਿਲਦੇ ਨੇ। ਆਏ ਦਿਨ ਬੀਜਾਂ ਦੀ ਨਸਲ ਦੇ ਵਿੱਚ ਬੀਜਾਂ ਦੀ ਕੁਆਲਿਟੀ ਦੇ ਵਿੱਚ ਸੁਧਾਰ ਹੋ ਰਿਹਾ ਹੈ। ਉਹਦਾ ਰੀਜ਼ਨ ਇਹ ਹੈ ਕਿ ਯੂਨੀਵਰਸਿਟੀ ਆਏ ਦਿਨ ਜਿਹੜੇ ਨਵੇਂ ਬੀਜ ਜਿਹੜੇ ਨੇ ਉਹ ਇੰਟਰਡਿਊਸ ਕਰਵਾਉਂਦੀ ਆ। ਪਰ ਗੱਲ ਦੱਸਦਾ ਜੀ ਨੰਬਰਦਾਰ ਪੈਰਾਸਾਈਟ ਦੇ ਵਿੱਚ ਉਹ ਸਾਰੇ ਬੀਜ ਜਿਹੜੇ ਕਿ ਨਵੇਂ ਇੰਟਰਡਿਊਸ ਹੁੰਦੇ ਆ ਯੂਨੀਵਰਸਿਟੀ ਵੱਲੋਂ ਉਹ ਸਾਰੇ ਕਿਸਾਨਾਂ ਨੂੰ ਇੱਥੇ ਪ੍ਰੋਵਾਈਡ ਕਰਵਾਏ ਜਾਂਦੇ ਨੇ ਔਰ ਅੱਛੀ ਮਾਤਰਾ ਦੇ ਵਿੱਚ ਪ੍ਰੋਵਾਈਡ ਕਰਵਾਏ ਜਾਂਦੇ ਨੇ ਤਾਂ ਕਿ ਕਿਸਾਨ ਨੂੰ ਕੋਈ ਵੀ ਖੱਜਲ ਖਰਾਬੀ ਨਾ ਹੋਵੇ ਔਰ ਨਾ ਹੀ ਬੀਜ ਅਤੇ ਦਵਾਈ ਦੀ ਜਿਹੜੀ ਹੈ ਕਮੀ ਮਹਿਸੂਸ ਹੋਵੇ। ਤਿਆ ਹੁਣ ਕੁਝ ਕਸਟਮਰਸ ਦੇ ਰਿਵਿਊ ਜਾਣਦੇ ਆ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ? ਬਲਦੇਵ ਸਿੰਘ। ਤੇ ਕਦੋਂ ਤੋਂ ਆ ਰਹੇ ਹੋ ਇੱਥੇ ਬੀਜ ਖਰੀਦਣ? ਤਕਰੀਬਨ ਮੈਨੂੰ 9-10 ਸਾਲ ਹੋ ਗਏ ਉਰੇ ਆਉਂਦੇ ਨੂੰ। ਇੱਕ ਨੰਬਰ ਦਵਾਈ, ਇੱਕ ਨੰਬਰ ਬੀਜ ਮਿਲਦਾ ਜੀ। ਤੇ ਸਰ ਜਿੱਦਾਂ ਆਏ ਦਿਨ ਯੂਨੀਵਰਸਿਟੀ ਕੁਛ ਨਾ ਕੁਛ ਨਵੇਂ ਬੀਜ ਜਿਹੜੇ ਨੇ ਉਹ ਇੰਟਰੋਡਿਊਸ ਕਰਵਾਉਂਦੀ ਰਹਿੰਦੀ, ਲਾਂਚ ਕਰਦੀ ਰਹਿੰਦੀ ਆ, ਉਹਦੀ ਕਮੀ ਕਿਤੇ ਨਾ ਕਿਤੇ ਮਹਿਸੂਸ ਹੁੰਦੀ ਹੈ ਤੁਹਾਨੂੰ ਇੱਥੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਸਪੈਸ਼ਲੀ ਉਹ ਕਮੀ ਮਹਿਸੂਸ ਹੋਈ ਹੈ ਕਦੀ? ਨਹੀਂ। ਤੁਹਾਨੂੰ ਸਾਰੀ ਇੱਥੇ ਦਵਾਈ ਜਿਹੜੀ ਆ ਬੀਜ ਹੈ ਉਹ ਬੈਸਟ ਕੁਆਲਿਟੀ ਦੇ ਮਿਲਦੇ ਨੇ? ਹਾਂ ਜੀ, ਬਹੁਤ ਵਧੀਆ ਕੁਆਲਿਟੀ ਦੇ ਬੀਜ ਮਿਲਦੇ ਨੇ। ਆਓ ਕੁਛ ਹੋਰ ਕਸਟਮਰਸ ਦੇ ਨਾਲ ਜੁੜਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ। ਮੇਰਾ ਪਹਿਲਾ ਸਵਾਲ ਇਹ ਹੈ ਕਿ ਆਏ ਦਿਨ ਇਹ ਨਿਊਜ਼ ਆਉਂਦੀ ਹੈ ਕਿ ਕਿਸਾਨਾਂ ਨੂੰ ਜਿਹੜੀਆਂ ਆ ਉਹ ਨਕਲੀ ਸਪਰੇਆਂ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ ਜਿਹਦੇ ਕਰਕੇ ਕਿ ਕਿਸਾਨੀ ਹੋਰ ਮੰਦੀ ਦੇ ਵਿੱਚ ਜਾ ਰਹੀ ਹੈ, ਅਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਔਰ ਤੁਸੀਂ ਇੱਥੋਂ ਦਵਾਈ ਖਰੀਦਦੇ ਹੋ ਜਾਂ ਬੀਜ ਖਰੀਦਦੇ ਹੋ ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਉਰੇ ਬੀਜ ਬਹੁਤ ਵਧੀਆ ਨੇ ਜੀ, ਦਵਾਈ ਬਹੁਤ ਵਧੀਆ ਇਹਨਾਂ ਦੀ, ਅਤੇ ਮੈਂ ਇਹਨਾਂ ਤੋਂ 8-10 ਸਾਲ ਦਾ ਦਵਾਈ ਲੈ ਕੇ ਜਾਂਦਾ, ਬਾਜ਼ਾਰ ਨਾਲ ਸਸਤੇ ਰੇਟਾਂ 'ਤੇ ਵੀ ਮਿਲਦੀ ਹੈ ਅਤੇ ਵਧੀਆ ਦਵਾਈ ਮਿਲਦੀ ਹੈ ਜੀ, ਵਧੀਆ ਬੀਜ ਮਿਲਦੇ ਨੇ। ਪੈਸਟੀਸਾਈਡ ਕੰਪਨੀ ਦੇ ਸਟਾਫ ਮੈਂਬਰ ਮੇਰੇ ਨਾਲ ਜੁੜ ਚੁੱਕੇ ਨੇ, ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਜੇਕਰ ਸਰ ਮੈਂ ਗੱਲ ਕਰਾਂ ਨੰਬਰਦਾਰ ਪੈਸਟੀਸਾਈਡਸ ਦੀ ਤੇ ਉਹਦੇ ਬਾਰੇ ਤੁਹਾਡੀ ਕੀ ਟਿੱਪਣੀ ਹੈ, ਕਿੰਨੀ ਕੁ ਖਰੀ ਉੱਤਰ ਰਹੀ ਹੈ ਕਿਸਾਨਾਂ ਦੀ ਉਮੀਦਾਂ ਦੇ ਉੱਤੇ ਕੁਆਲਿਟੀ ਵਾਈਜ਼? ਦੇਖੋ ਜੇ ਗੱਲ ਕੀਤੀ ਜਾਵੇ, ਕਿਉਂਕਿ ਇੱਕ ਪੰਜਾਬ ਦੇ ਵਿੱਚ ਨਾ ਪੈਦਾਵਾਰ ਦੇ ਤੌਰ ਦੇ ਉੱਤੇ ਕਿਸਾਨ ਨੇ ਬੜੀ ਤਰੱਕੀ ਕੀਤੀ ਹੈ, ਸਾਰੇ ਇੰਡੀਆ 'ਚ ਸਭ ਤੋਂ ਜ਼ਿਆਦਾ ਪੈਦਾਵਾਰ ਪੰਜਾਬ ਦੇ ਕਿਸਾਨ ਨੇ ਕੀਤੀ ਹੈ, ਲੇਕਿਨ ਇਸ ਟਾਈਮ ਜਿਹੜਾ ਖਰਚਾ ਵੀ ਬਹੁਤ ਜ਼ਿਆਦਾ ਹੈ, ਅਤੇ ਜੇ ਕੋਈ ਅਦਾਰਾ ਜੇ ਮੰਨ ਲਓ ਨੰਬਰਦਾਰ ਪੈਸਟੀਸਾਈਡ ਦੀ ਗੱਲ ਕਰੀਏ ਅਤੇ ਜੇ ਆਪਾਂ ਨੂੰ ਫਾਈਨੈਂਸ਼ਲੀ ਜਾਂ ਬਿੱਲ ਸਮਝ ਲਓ ਜੇ ਆਪਾਂ ਨੂੰ ਘੱਟ ਰੇਟ ਦੇ ਵਿੱਚ ਮਿਲਦੀ ਹੈ, ਸਾਡਾ ਮਸਲਾ ਵੀ ਹੱਲ ਹੋ ਜਾਂਦਾ। ਸੋ ਕਿਸਾਨ ਜੋ ਇਹ ਫਰਮ ਹੈ ਇਹ ਕਿਸਾਨ ਦੇ ਮਤਲਬ ਕਿ ਖਰਚੇ ਘਟਾਉਣ ਦੇ ਵਿੱਚ ਕਾਫੀ ਸਹਾਇਕ ਰਹੇ ਨੇ। ਸੋ ਇਹਨਾਂ ਦਾ ਇਹ ਵੀ ਹੈ ਕਿ ਜਦੋਂ ਅਸੀਂ ਕਈ ਵਾਰੀ ਇਹਨਾਂ ਨਾਲ ਗੱਲ ਕਰਦੇ ਹਾਂ ਤਾਂ ਇਹਨਾਂ ਦਾ ਮੇਨ ਇਸ਼ੂ ਹੁੰਦਾ ਕਿ ਸਾਡੇ ਕਿਸਾਨ ਦਾ ਬੇਸਿਕ ਜਿਹੜਾ ਕਸਟਮਰ ਹੈ ਪੈਸਟੀਸਾਈਡ ਦਾ, ਚਾਹੇ ਕੋਈ ਕੰਪਨੀ ਹੈ ਚਾਹੇ ਕੋਈ ਦੁਕਾਨ ਹੈ, ਕਸਟਮਰ ਉਹਦਾ ਫਾਰਮਰ ਹੈ। ਸੋ ਫਾਰਮਰ ਦੇ ਜਾ ਕੇ ਜਿਹੜਾ ਕਿਸਾਨ ਵਾਸਤੇ ਵਧੀਆ ਚੀਜ਼ ਹੈ ਉਹੀ ਇਹ ਪਰਚੇਜ ਕਰਕੇ ਸੇਲ ਕਰਦੇ ਨੇ। ਥੈਂਕ ਯੂ ਸੋ ਮਚ ਸਰ, ਤੁਸੀਂ ਇੰਨੀ ਵਧੀਆ ਸਾਡੇ ਨਾਲ ਗੱਲਬਾਤ ਕੀਤੀ। ਜੇ ਹੁਣ ਗੱਲਬਾਤ ਕਰਦੇ ਹਾਂ ਮੈਨੇਜਮੈਂਟ ਟੀਮ ਦੇ ਨਾਲ, ਮਿਸਟਰ ਸਾਹਿਬ ਸਿੰਘ। ਸਤਿ ਸ਼੍ਰੀ ਅਕਾਲ ਸਰ। ਸਰ ਮੇਰਾ ਪਹਿਲਾ ਸਵਾਲ ਇਹ ਹੈ ਕਿ ਜਦੋਂ ਮੈਂ ਇੱਥੇ ਸੰਗਰੂਰ ਜ਼ਿਲ੍ਹੇ ਦੇ ਕਿਸਾਨਾਂ ਨਾਲ ਜ਼ਿਮੀਦਾਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਭਰੋਸਾ ਤੁਹਾਡੇ 'ਤੇ ਬਹੁਤ ਜ਼ਿਆਦਾ ਜਿਤਾਇਆ, ਇਹਦਾ ਕੀ ਖਾਸ ਰੀਜ਼ਨ ਹੈ? ਖਾਸ ਰੀਜ਼ਨ ਤਾਂ ਸਾਡਾ ਇਹੀ ਹੈ ਕਿ ਆਲ ਪੰਜਾਬ ਆਲ ਹਰਿਆਣਾ 'ਚ ਲਾ ਲਓ ਅਤੇ ਸਭ ਤੋਂ ਘੱਟ ਰੇਟ ਆ, ਅਤੇ ਜਿਹਨਾਂ ਨੂੰ ਚੀਜ਼ਾਂ ਮਿਲਦੀਆਂ ਹਰ ਕਿਸਾਨ ਨੂੰ ਘੱਟ ਤੋਂ ਘੱਟ ਰੇਟ ਦਿੰਦੇ ਹਾਂ, ਇਸੇ ਕਰਕੇ ਕਿਸਾਨ ਸਾਡੇ ਨਾਲ ਜ਼ਿਆਦਾ ਜੁੜਿਆ ਹੋਇਆ। ਅਤੇ ਜੇਕਰ ਮੈਂ ਗੱਲ ਕਰਾਂ ਦਵਾਈਆਂ ਦੀ, ਅਤੇ ਕਿਹੜੀਆਂ ਕਿਹੜੀਆਂ ਦਵਾਈਆਂ ਤੁਸੀਂ ਪ੍ਰੋਵਾਈਡ ਕਰਵਾ ਰਹੇ ਹੋ? ਦਵਾਈਆਂ ਤਾਂ ਤਕਰੀਬਨ ਬਹੁਤ ਸਾਰੀਆਂ ਆਉਂਦੀਆਂ ਮਾਰਕੀਟ 'ਚ, ਹਰ ਸਾਲ ਹੀ ਨਵੀਂ ਤੋਂ ਨਵੀਂ ਦਵਾਈ ਲਾਂਚ ਹੋ ਰਹੀ ਹੈ, ਹਰ ਸਾਲ ਤਕਰੀਬਨ ਹਰ ਚੀਜ਼ ਹੀ ਉਪਲਬਧ ਹੁੰਦੀ ਹੈ ਆਪਣੇ ਕੋਲ। ਹਾਂਜੀ। ਅਤੇ ਸਰ ਦੇਖਿਆ ਜਾਂਦਾ ਆਏ ਦਿਨ ਯੂਨੀਵਰਸਿਟੀ ਕੁਛ ਨਵੇਂ ਬੀਜ ਜਿਹੜੇ ਨੇ ਉਹ ਲਾਂਚ ਕਰਦੀ ਰਹਿੰਦੀ ਹੈ, ਅਤੇ ਉਸ ਟਾਈਮ ਪੰਜਾਬ ਦੇ ਵਿੱਚ ਬਹੁਤ ਕਮੀ ਮਹਿਸੂਸ ਹੁੰਦੀ ਹੈ ਬੀਜਾਂ ਦੀ, ਅਤੇ ਉਸ ਸਿਚੁਏਸ਼ਨ ਦੇ ਨਾਲ ਤੁਸੀਂ ਕਿੱਦਾਂ ਡੀਲ ਕਰਦੇ ਹੋ? ਸਾਡਾ ਤਾਂ ਇਹੀ ਮੇਨ ਮਕਸਦ ਇਹ ਹੁੰਦਾ ਕਿ ਕੁਆਲਿਟੀ, ਮਤਲਬ ਜੋ ਪਹਿਲਾਂ ਵਰਤੀ ਹੋਈ ਚੀਜ਼ ਆ ਉਹੀ ਜ਼ਿਆਦਾਤਰ ਅਸੀਂ ਉਹੀ ਯੂਜ਼ ਕਰਦੇ ਹਾਂ ਜਿਹਦੇ ਭਰੋਸਾ ਹੋਵੇ ਕਿਸਾਨ ਨੂੰ। ਨਵਾਂ ਬੀਜ ਜਲਦੀ ਅਸੀਂ ਮਾਰਕੀਟ 'ਚ ਜਾਂ ਆਪਣੀ ਦੁਕਾਨ 'ਤੇ ਨਹੀਂ ਰੱਖਦੇ, ਕਿਉਂ ਨਵੇਂ ਬੀਜ 'ਤੇ ਭਰੋਸਾ ਨਹੀਂ ਹੁੰਦਾ ਜਾਂ ਕਿਸਾਨ ਨੂੰ ਕੋਈ ਗਲਤ ਅੰਦਾਜ਼ੇ ਨਾਲ ਤੋਰਿਆ ਜਾਵੇ। ਥੈਂਕ ਯੂ ਸੋ ਮਚ ਸਰ।
ਇਹ ਤਾਂ ਸਾਡਾ ਸਫ਼ਰ ਸੀ ਜੀ ਨੰਬਰਦਾਰ ਪੈਰਾਸਾਈਟ ਦਾ। ਅਗਰ ਤੁਸੀਂ ਵੀ ਹੋਰ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਸ਼ੋਪ ਦੇ ਬਾਰੇ ਤਾਂ ਨੀਚੇ ਲਿਖੇ ਨੰਬਰਾਂ ਦੇ ਉੱਤੇ ਕੰਟੈਕਟ ਕਰ ਸਕਦੇ ਹੋ।